ਮੈਂ ਅੰਗਰੇਜ਼ ਸਿੰਘ ਸਰਪੰਚ ਤਲਵੰਡੀ ਬੂਟਿਆਂ ਤਹਿਸੀਲ ਸ਼ਾਹਪੁਰ ਜ਼ਿਲ੍ਹਾ ਜਲੰਧਰ ਅਤੇ ਰਹਿਣ ਵਾਲਾ। ਅਸੀਂ ਪਿੰਡ ਦੀ ਚੰਗੀ ਡਿਵੈਲਪਮੈਂਟ ਪੱਖ ਵਿੱਚ ਖੜ੍ਹੇ ਹਾਂ। ਜੋ ਕੋਈ ਪਿੰਡ ਨੂੰ ਇੰਟਰਲੋਕ ਅਤੇ ਚੰਗੀ ਸੇਧ ਦੇਣ ਵਾਸਤੇ ਛੱਪੜ ਸਾਫ ਸਫਾਈ ਵਾਸਤੇ ਅਤੇ ਪ੍ਰਾਇਮਰੀ ਸਕੂਲ ਮਿਡਲ ਸਕੂਲ ਉਹਨੂੰ ਅਪਗ੍ਰੇਡ ਕਰਨ ਵਾਸਤੇ ਸਰਕਾਰ ਕੋਲ ਮੁੱਦੇ ਉਠਾਵਾਂਗੇ। ਜਿਹੜੀਆਂ ਨਿੱਕੀਆਂ ਸੜਕਾਂ ਛੋਟੀਆਂ ਸੜਕਾਂ ਵਾ ਜਿੱਦਾਂ ਉਹਨੂੰ ਵੱਡੀ ਸੜਕ ਬਣਾਉਣ ਵਾਸਤੇ ਵੀ ਅਸੀਂ ਪੂਰਾ ਸਰਕਾਰ ਦਾ ਜ਼ੋਰ ਪਾਵਾਂਗੇ। ਬਾਕੀ ਨਸ਼ਿਆਂ ਦੇ ਮੁੱਦੇ ਉੱਤੇ ਸਾਰੇ ਪਿੰਡ ਨੂੰ ਅਸੀਂ ਜਾਗਰੂਕ ਕਰੀ ਜਾਂਦੇ ਹੌਲੀ ਹੌਲੀ ਜਾ ਕੇ ਜੇ ਕੋਈ ਮਾੜਾ ਮੁਖਰੀਦ ਕਰਦਾ ਸੀ ਉਹਨੂੰ ਹਟਾਇਆ, ਉਹਨੂੰ ਟੱਕਿਆ ਵੀ ਗਾਂ ਤੁਸੀਂ ਮਾੜਾ ਕਰਮ ਨਾ ਕਰੋ। ਬਾਕੀ ਜਿਹੜੇ ਜ਼ਿਮੀਂਦਾਰ ਭਰਾ ਵਾ ਉਹਨਾਂ ਨੂੰ ਵੀ ਗਾਂ ਅੱਗ ਲਾਉਣ ਤੋਂ ਪ੍ਰਦੂਸ਼ਣ ਤੋਂ ਰਾਹਤ ਕਰਾਂਗੇ। ਹੌਲੀ ਹੌਲੀ ਸਮਝਾਵਾਂਗੇ ਸਾਰਿਆਂ ਨੂੰ, ਦੂਜੀਆਂ ਖਾਦਾਂ ਪਾਵਾਂਗੇ, ਜੈਵਿਕ ਖਾਦ ਪਾ ਕੇ ਜੈਵਿਕ ਖਾਦੀ ਖੇਤੀ ਕਰਾਂਗੇ। ਸਾਰਿਆਂ ਨੂੰ ਚੰਗੇ ਧੰਦੇ ਲਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇੱਕ ਹੋਰ ਸਰਕਾਰ ਗੜੀ ਅਪੀਲ ਵੀ ਕਰਾਂਗੇ, ਵੱਧ ਤੋਂ ਵੱਧ ਜ਼ੋਰ ਪਾ ਕੇ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜਿੱਦਾਂ ਫੀਮ ਦੇ ਡੋਡਿਆਂ ਦੇ ਪੁਰਾਣੇ ਸਮਿਆਂ 'ਚ ਠੇਕੇ ਖੁੱਲ੍ਹੇ ਸੀਗੇ, ਅੰਗਰੇਜ਼ ਦੇ ਟਾਈਮ 'ਤੇ ਵੀ ਚੱਲਦੇ ਰਹੇ, ਲਾਇਸੈਂਸ ਬਣੇ ਚਾਹੀਦੇ ਆ, ਜਿਹੜੇ ਉਹਦੇ ਨਾਲ ਖਾ ਕੇ ਲੋਕ ਕੰਮ ਵੀ ਕਰਦੇ ਆ, ਮਿਹਨਤ ਦੁੱਗਣੀ ਕਰਦੇ ਆ ਹਰ ਇੱਕ ਪਾਸੇ। ਹੁਣ ਜੇ ਨਵਾਂ ਨਸ਼ਾ ਆ ਗਿਆ, ਚਿੱਟਾ ਆ ਗਿਆ, ਜਿਹਦੇ ਗਲੇ ਵਿੱਚ ਇੱਕ ਆ ਜਾਂਦਾ ਉਤਰ ਜਾਂਦਾ, ਉਹ ਕੋਈ ਕੰਮ ਨਹੀਂ ਕਰਦਾ, ਬੇਕਾਰ ਹੋ ਜਾਂਦਾ, ਚੋਰੀਆਂ ਕਰਦੇ ਆ, ਠੱਗੀਆਂ ਕਰਦੇ ਆ, ਉਹਨੂੰ ਸੰਭਾਲਣ ਵਾਸਤੇ ਸਰਕਾਰ ਨੂੰ ਪੂਰੇ ਜੋ ਅਪੀਲ ਵਾ ਵੀ ਫੀਮ ਦੇ ਅਤੇ ਡੋਡਿਆਂ ਠੇਕੇ ਖੁੱਲ੍ਹੇ ਜਾਣ, ਲੋਕ ਮਿਹਨਤ ਆਪਦੇ ਕਰਨ ਅਤੇ ਪੰਜਾਬ ਨੂੰ ਚੰਗੀ ਤਰੱਕੀ 'ਤੇ ਖੜ ਸਕਦੇ ਆ ਅਤੇ ਚੰਗਾ ਕੰਮ ਕਰਕੇ। ਅਸੀਂ ਹਰਦੇਵ ਸਿੰਘ ਲਾਡੀ ਦਾ ਬਹੁਤ ਦਿਲ ਦਿਲੋਂ ਧੰਨਵਾਦ ਕਰਦੇ ਹਾਂ, ਜਿਹਨੇ ਸਾਡੇ ਪਿੰਡ ਨੂੰ ਵੱਡੀ ਗ੍ਰਾਂਟ ਦੇ ਕੇ ਸਾਨੂੰ ਮਾਣ ਬਖਸ਼ਿਆ। ਸਾਡੇ ਪਿੰਡ ਦੇ ਵਿੱਚ ਡਿਵੈਲਪਮੈਂਟ ਦਾ ਪੂਰੇ ਜ਼ੋਰ 'ਤੇ ਕੰਮ ਚੱਲਦੇ ਆ। ਪਹਿਲਾਂ ਵੀ ਮੇਰੇ ਵਾਈਫ ਸਰਪੰਚ ਸੀਗੇ, ਹੁਣ ਮੈਂ ਸਰਪੰਚ ਹਾਂ, ਮੈਂ ਪਿੰਡ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਮੇਰਾ ਮਾਣ ਬਖਸ਼ਿਆ ਮੈਨੂੰ ਅਤੇ ਮੈਨੂੰ ਇੰਨੀਆਂ ਵੋਟਾਂ ਨੇ ਜਿਤਾਇਆ। ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਆਪਣੇ ਪਿੰਡ ਦਾ, ਪਿੰਡ ਵਾਸੀਆਂ ਦਾ। ਅਸੀਂ ਪਿੰਡ ਦਾ ਡਿਵੈਲਪਮੈਂਟ ਕਰਾਂਗੇ, ਪਰ ਕਰਾਂਗੇ ਉਦੋਂ ਜਦੋਂ ਸਾਡੇ ਪਿੰਡ ਦੇ ਚੋਣ ਜ਼ਾਬਤਾ ਲੱਗਾ, ਚੋਣ ਜ਼ਾਬਤੇ ਬਾਅਦ ਸਾਨੂੰ ਗ੍ਰਾਂਟਾਂ ਮਿਲਦੀਆਂ ਵਾ। ਅਸੀਂ ਪਿੰਡ ਦਾ ਪੂਰੇ ਜ਼ੋਰ 'ਤੇ ਪੂਰੇ ਪਿੰਡ ਦਾ ਮਾਨਤਾ ਨਾਲ ਪਿੰਡ ਦਾ ਕੰਮ ਕਰਕੇ ਪੂਰੀ ਡਿਵੈਲਪਮੈਂਟ ਕਰਕੇ ਵਿਖਾਵਾਂਗੇ। ਧੰਨਵਾਦ।